ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਦੇ ਚੱਲਦੇ ਹਰ ਪਾਸੇ ਪਾਣੀ ਹੀ ਪਾਣੀ ਵੇਖਣ ਨੂੰ ਮਿਲ ਰਿਹਾ। ਸੜਕਾਂ ਜਲ ਮਗਨ ਹੋ ਗਈਆਂ ਨੇ। ਉੱਥੇ ਜੇ ਲੋਕਾਂ ਦੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ। ਗੱਲ ਕੀਤੀ ਜਾਵੇ ਮੋਹਾਲੀ ਦੀ ਤਾਂ ਮੋਹਾਲੀ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਗਿਆ, ਜਿਸ ਕਾਰਨ ਲੋਕਾਂ ਨੇ ਖੂਬ ਪਿੱਟ ਸਿਆਪਾ ਕੀਤਾ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਆਈਸਰ ਰੋਡ ਹੀ ਜਾਮ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਵੜ ਗਿਆ, ਰਸੋਈਆਂ ਤੱਕ ਸੀਵਰੇਜ ਦਾ ਪਾਣੀ ਪਹੁੰਚ ਗਿਆ, ਜਿਸਦੇ ਚੱਲਦੇ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੁੱਲ ਗਈ ਹੈ, ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਬਰਸਾਤਾਂ ਦੇ ਹੋਣ ਤੋਂ ਪਹਿਲਾਂ ਨਾਲਿਆਂ ਦੀ ਸਫਾਈ ਨਹੀਂ ਕਰਵਾਈ ਗਈ, ਜਿਸਦੇ ਚੱਲਦੇ ਇਹ ਸੀਵਰੇਜ ਦਾ ਪਾਣੀ ਉਹਨਾਂ ਦੇ ਘਰਾਂ ਤੱਕ ਆ ਪਹੁੰਚਿਆ, ਜਿਸਦੇ ਚੱਲਦੇ ਗੁੱਸੇ ਦੇ ਵਿੱਚ ਆ ਕੇ ਲੋਕਾਂ ਨੇ ਆਈਸਰ ਰੋਡ ਹੀ ਬੰਦ ਕਰ ਦਿੱਤਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਾਮ ਕੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਲੋਕਾਂ ਨੂੰ ਸਮਝਾ ਕੇ ਧਰਨਾ ਚੁਕਵਾਉਣ ਦੀ ਅਪੀਲ ਕੀਤੀ। ਫਿਲਹਾਲ ਇਹ ਤਸਵੀਰਾਂ ਮੋਹਾਲੀ ਦੇ ਫੇਜ਼ 11 ਤੋਂ ਸਾਹਮਣੇ ਆਈਆਂ ਨੇ, ਜਿੱਥੇ ਭਾਰੀ ਬਰਸਾਤ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਖੜਾ ਹੋ ਗਿਆ ਤੇ ਪਾਣੀ ਜਿਸ ਤੋਂ ਬਾਅਦ ਲੋਕਾਂ ਦੇ ਘਰਾਂ ਦੇ ਵਿੱਚ ਜਾ ਵੜਿਆ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆਏ। ਗੁੱਸੇ ਦੇ ਵਿੱਚ ਆ ਕੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਹੀ ਧਰਨਾ ਲਗਾ ਦਿੱਤਾ। ਇਹ ਪਿਛਲੇ 30 ਸਾਲਾਂ ਤੋਂ ਸਾਨੂੰ ਪ੍ਰੋਬਲਮ ਆ ਰਹੀ ਹੈ, ਬਾਰਿਸ਼ ਦਾ ਪਾਣੀ ਇੱਥੇ ਘਰਾਂ ਦੇ ਵਿੱਚ ਵੜਦਾ, ਠੀਕ ਹੈ ਜੀ। 30 ਸਾਲਾਂ ਤੋਂ ਕੋਈ ਇਹਦਾ ਸਲਿਊਸ਼ਨ ਨਹੀਂ ਕੀਤਾ ਗਿਆ। ਇਸ ਵਾਰ ਇਹਨਾਂ ਨੇ ਇੱਕ ਟੈਂਕ ਬਣਵਾਇਆ, ਉਹ ਵੀ ਟੈਂਕ ਜੋ ਸੀਗਾ ਉਹ ਕਪੈਸਿਟੀ ਤੋਂ ਘੱਟ ਬਣਿਆ ਹੋਇਆ, ਅਤੇ ਉਹ ਟੈਂਕ ਚਲਾਉਣ ਦੇ ਬਾਵਜੂਦ ਅੱਜ ਘਰਾਂ ਦੇ ਵਿੱਚ ਪਾਣੀ ਵੜਿਆ, ਠੀਕ ਹੈ ਜੀ। ਸਾਰੇ ਲੋਕ ਪਰੇਸ਼ਾਨ ਨੇ, ਅੱਧਿਆਂ ਦੇ ਘਰੇ ਸਵੇਰ ਦੀ ਰੋਟੀ ਨਹੀਂ ਬਣੀ ਹੋਈ ਹੈਗੀ। ਪਿਛਲੀ ਵਾਰ ਵੀ ਇਹੀ ਪ੍ਰੋਬਲਮ ਹੋਈ ਸੀ, ਪਿਛਲੀ ਵਾਰ ਜਦੋਂ ਇਹ ਹੋਈ ਸੀ ਗੱਲ ਤਾਂ ਉਦੋਂ ਇਹ ਕਿਹਾ ਗਿਆ ਸੀਗਾ ਵੀ ਅਸੀਂ ਅਗਲੇ ਵਾਰੀ ਪਾਣੀ ਨਹੀਂ ਵੜਨ ਦੇਵਾਂਗੇ, ਇਸ ਵਾਰ ਸਾਡਾ ਪੱਕਾ ਕੋਈ ਨਾ ਕੋਈ ਸਲਿਊਸ਼ਨ ਹੋਏਗਾ। ਬਟ ਗੱਲ ਉਹੀ ਹੋਈ ਹੈ, ਇਸ ਵਾਰ ਫਿਰ ਪਾਣੀ ਅੰਦਰ ਵੜਿਆ ਹੈ। ਇੱਕ ਸਾਡਾ ਪ੍ਰੋਜੈਕਟ ਪਾਸ ਹੋਇਆ ਹੈ 2 ਕਰੋੜ ਦਾ, ਉਹ ਪ੍ਰੋਜੈਕਟ ਸਾਡੇ ਨੂੰ ਮੇਰੇ ਖਿਆਲ 1.5-2 ਮਹੀਨੇ ਤੋਂ ਉੱਪਰ ਹੋ ਚੁੱਕੇ ਪਾਸ ਹੋਏ ਨੂੰ, ਬਟ ਉਹ ਪ੍ਰੋਜੈਕਟ ਹੈ ਜਿਹੜਾ ਉਹ ਉੱਪਰ ਹਾਈ ਲੈਵਲ ਦੇ ਉੱਤੇ ਫਸਿਆ ਹੋਇਆ। ਸਿਰਫ ਲੋਕਲ ਬੋਡੀ ਵਾਲੇ ਕਰਨਗੇ ਯਾਰ, ਉਹ ਕਰਨਗੇ, ਸਿਰਫ ਇਸ ਚੱਕਰ ਦੇ ਵਿੱਚ ਫਸਾ ਕੇ ਸਾਡੇ ਘਰਾਂ 'ਚ ਨੁਕਸਾਨ ਹੋ ਰਿਹਾ। ਸਾਡੀ ਸਿਰਫ ਅੱਜ ਜਿਹੜਾ ਜਾਮ ਕਰਨ ਦਾ ਇਹੀ ਮਕਸਦ ਸੀ ਕਿ ਸਾਡਾ ਇਹਦਾ ਪਰਮਾਨੈਂਟ ਸਲਿਊਸ਼ਨ ਕੀਤਾ ਜਾਵੇ। ਅਸੀਂ ਹਰ ਵਾਰ ਨਹੀਂ ਆਪਣੇ ਘਰਾਂ ਦੇ ਮਤਲਬ ਕਰੋੜਾਂ ਲੱਖਾਂ ਦਾ ਨੁਕਸਾਨ ਹੋ ਰਿਹਾ ਲੋਕਾਂ ਦਾ, ਇਹ ਅਸੀਂ ਹਰ ਵਾਰ ਨਹੀਂ ਨੁਕਸਾਨ ਝੇਲ ਸਕਦੇ। ਇਸ ਦਾ ਸਲਿਊਸ਼ਨ ਕੀਤਾ ਜਾਵੇ, ਇਸ ਕਰਕੇ ਅੱਜ ਲੋਕ ਇਸ ਸਾਰੇ ਇਕੱਠੇ ਹੋਏ। ਜਿਹੜਾ ਜਦੋਂ ਇਹ ਬਰਸਾਤੀ ਪਾਣੀ ਸ਼ੁਰੂ ਹੁੰਦਾ ਨਾ ਜੀ, ਸੀਵਰੇਜ ਦਾ ਪਾਣੀ, ਜਿੰਨਾ ਗੰਦਾ ਪਾਣੀ, ਲੈਟਰਿੰਗ ਦਾ ਪਾਣੀ ਜੋ ਵੀ ਆ, ਉਹ ਲੋਕਾਂ ਦੇ ਘਰਾਂ ਦੇ ਅੰਦਰ ਜਾ ਰਿਹਾ ਹੈਗਾ। ਤੁਸੀਂ ਆਪ ਦੱਸੋ ਵੀ ਕਿੱਦਾਂ ਲੋਕ ਰਹਿਣਗੇ ਉਹਨਾਂ ਦੇ ਘਰਾਂ ਦੇ ਵਿੱਚ, ਠੀਕ ਹੈ ਜੀ। ਸਾਰਿਆਂ ਦੇ ਬੈੱਡ ਭਰੇ ਹੋਏ ਆ, ਛੋਟੇ ਛੋਟੇ ਬੱਚੇ ਆ ਉਹਨਾਂ ਦੇ ਘਰੇ, ਛੋਟੇ ਛੋਟੇ ਬੱਚੇ ਆ ਉਹਨਾਂ ਦੇ ਘਰੇ, ਦੱਸੋ ਗੰਦੇ ਪਾਣੀ ਦੇ ਵਿੱਚ ਕਿੱਦਾਂ ਰਹਿ ਸਕਦੇ ਨੇ ਉਹ ਲੋਕ। ਇਸ ਲਈ ਸਾਡਾ ਤਾਂ ਇਹੀ ਇੱਕ ਰਿਕੁਐਸਟ ਹੈ ਕਿ ਸਾਡਾ ਇਹਦਾ ਇੱਕ ਪਰਮਾਨੈਂਟ ਸਲਿਊਸ਼ਨ ਕੀਤਾ ਜਾਵੇ। ਇਸ ਦੇ ਵਾਸਤੇ ਅਸੀਂ 2 ਸਾਲ ਤੋਂ ਆਲੇ ਦੁਆਲੇ ਭੱਜ ਰਹੇ ਹਾਂ, ਕਦੇ ਕਿਸੇ ਕੋਲ ਜਾ ਰਹੇ, ਕਿਸੇ ਕੋਲ ਜਾ ਰਹੇ, ਸਾਡੀ ਕੋਈ ਸੁਣਵਾਈ ਨਹੀਂ ਹੋਊਗਾ। ਹਾਰ ਕੇ ਸਾਨੂੰ ਇਹ ਸਟੈਪ ਚੱਕਣਾ ਪਿਆ ਜੀ।